ਜੀ ਇਹ ਜਸਵਿੰਦਰ ਸਿੰਘ ਜੀ ਜਸਵਿੰਦਰ ਸਿੰਘ ਜੀ ਤੁਹਾਡੇ ਪਿੰਡ ਅੱਜ ਕਿਵੇਂ ਬੋਲਦਾ ਨਾ ਭੋਗ ਪਾਇਆ ਜਾ ਰਿਹਾ ਹਾਂਜੀ ਇਹ ਬੋਲਦਾ ਨੂੰ ਕੀ ਹੋਇਆ ਸੀ ਇਹ ਜੀ ਜਿਹੜੀ ਬਿਮਾਰੀ ਚੱਲ ਰਹੀ ਹੈ ਓਲੰਪਿਕ ਸਿੰਘ ਇਹਦੇ ਕਾਰਨ ਹੀ ਹੋਏ ਇਹ ਕਿੰਨੇ ਟਾਈਮ ਤੋਂ ਬਿਮਾਰ ਸੀਗੇ ਇਹ ਜੀ 10-15 ਦਿਨ ਬਿਮਾਰ ਰਹੇ ਨੇ ਉਹ ਤੋਂ ਬਾਅਦ ਪੂਰੇ ਹੋ ਗਏ ਤੇ ਇਹ ਸੁਣਿਆ ਵੀ ਇਨਾਮੀ ਨੇ ਇਹਨਾਂ ਦੇ ਮੁੱਲ ਵੀ ਕਾਫੀ ਸੀ ਕਿੰਨਾ ਕੁ ਮੁੱਲ ਸੀ ਇਹਨਾਂ ਦਾ ਜੀ ਮੰਨ ਇੱਕ ਤਾਂ ਜੀ ਮੰਨ ਮੁੱਲ ਤਾਂ ਹੀ ਹੈ ਉਹਨਾਂ ਦਾ ਕੋਈ ਵੀ ਫਿਰ ਵੀ ਤੁਸੀਂ ਉਹ ਲਿਆਉਂਦੇ ਸੀ ਕਿੰਨੇ ਦੇ ਸੀ ਕਿੰਨਾ ਕੁ ਮੁੱਲ ਸਾਡਾ ਇੱਕ ਲਿਆਉਂਦੇ ਜੀ 16 ਲੱਖ ਦਾ ਜੀ ਇੱਕ 10 ਲੱਖ ਦਾ ਇੱਕ 7 ਲੱਖ ਦਾ ਇੱਕ ਇਹ ਕੀਤਾ ਜੀ 23 ਲੱਖ ਸਾਂਝਾ ਯਾਨੀ ਹੁਣ ਕਿੰਨੇ ਕਦੇ ਹੋਣਗੇ ਇਹ ਜਦੋਂ ਹੁਣ ਇਸ ਟਾਈਮ ਦੀ ਕੀਮਤ ਇਸ ਟਾਈਮ ਤਾਂ ਜੀ ਸਭ ਨੂੰ ਉੱਤੇ ਹੀ ਸੀਗੇ ਇਹਨਾਂ ਦਾ ਇਸ ਟਾਈਮ ਕੋਈ ਮੁੱਲ ਨਹੀਂ ਸੀਗਾ ਜੀ ਇਹਨਾਂ ਨੂੰ ਤੁਸੀਂ ਪਾਲਿਆ ਬੱਚਿਆਂ ਵਾਂਗੂ ਪਾਲਿਆ ਹੋਣਾ ਇਹਨਾਂ ਦੇ ਨਾਮ ਵੀ ਰੱਖੇ ਹੋਣਗੇ ਹਾਂਜੀ ਕੀ ਨਾਮ ਸੀ ਇਹਨਾਂ ਦਾ ਇੱਕ ਦਾ ਨਾਮ ਅਰਜਨ ਸੀਗਾ ਜੀ ਇੱਕ ਦਾ ਨਾਮ ਕਾਲਾ ਨਾਗ ਇੱਕ ਦਾ ਨਾਮ ਨਵਾਬ ਇੱਕ ਚੀਨਾ ਕਿੱਥੇ ਕਿੱਥੇ ਖੇਲੇ ਇਹਨਾਂ ਨੂੰ ਤੁਸੀਂ ਕਿੱਥੇ ਕਿੱਥੇ ਭਜਾਇਆ ਇਹਨਾਂ ਨੂੰ ਇਹ ਤਕਰੀਬਨ ਸਾਰੇ ਪੰਜਾਬ 'ਚ ਗਏ ਨੇ ਜੀ ਕੋਈ ਪਿੰਡ ਇਹੋ ਜਿਹਾ ਨਾਮ ਵੀ ਕਾਫੀ ਲਿੱਤੇ ਹੋਣੇ ਹਾਂਜੀ ਬਹੁਤ ਤੇ ਹੁਣ ਇਹ ਪੂਰੇ ਹੋ ਚੁੱਕੇ ਤੁਸੀਂ ਭੋਗ ਪਾ ਰਹੇ ਹੋ ਸਾਲ ਬਹੁਤ ਵੱਡਾ ਹੋਇਆ ਹਾਂਜੀ ਕੀ ਕਹਿਣਾ ਚਾਹੁੰਦੇ ਹੋ ਇਹਦੇ ਬਾਰੇ ਇਹ ਘਾਟਾ ਕਦੇ ਪੂਰਾ ਹੀ ਨਹੀਂ ਹੋਣਾ ਜੀ ਇਹ ਤਾਂ ਜਿਹੜਾ ਘਾਟਾ ਪੈ ਗਿਆ ਸਾਨੂੰ ਇਹ ਵਾਲੇ ਤਾਂ ਹੁਣ ਕੀ ਕਹਿ ਸਕਦੇ ਆ ਆਪਾਂ ਜਦੋਂ ਇਸ ਬਿਮਾਰੀ ਬਾਰੇ ਤੁਹਾਨੂੰ ਪਤਾ ਲੱਗਿਆ ਵੀ ਬੋਲਦਾ ਨੂੰ ਹੈ ਤਾਂ ਤੁਸੀਂ ਕੁਝ ਭਜ ਨਾਟ ਕੀਤੀ ਜਾਂ ਕਿਵੇਂ ਹਾਂਜੀ ਅਸੀਂ ਤਕਰੀਬਨ ਸਾਰੇ ਦਵਾਈਆਂ ਰਾਜਸਥਾਨ ਚੋਂ ਵੀ ਲਿਆ ਕੇ ਦਿੱਤੀ ਬੋਲਦਾ ਨੂੰ ਹੋਰ ਪੰਜਾਬ ਚੋਂ ਵੀ ਜਿੱਥੋਂ ਜਿੱਥੋਂ ਸਾਨੂੰ ਦਵਾਈ ਮਿਲੀ ਅਸੀਂ ਸਾਰੇ ਲਿਆ ਕੇ ਦਿੱਤੀ ਅਤੇ ਫਿਰ ਕੋਈ ਸਰਕਾਰ ਕੋਲ ਗੁਹਾਰ ਲਾਉਣਾ ਚਾਹੁੰਦੇ ਹੋ ਵੀ ਤੁਹਾਡਾ ਜਿਹੜਾ ਨੁਕਸਾਨ ਹੋਇਆ ਕੁਝ ਕਹਿਣਾ ਚਾਹੁੰਦੇ ਹੋ ਸਰਕਾਰ ਨੂੰ ਇਹੀ ਹੈ ਜੀ ਵੀ ਇਹ ਬਿਮਾਰੀ ਦੇ ਕੋਈ ਦਵਾਈ ਵੈਕਸੀਨ ਕੱਢਣ ਕੋਈ ਸਾਡਾ ਭਲਾ ਉਹ ਹੋਵੇ ਗਾਹਾਂ ਤੋਂ ਨਾ ਆਏ ਵਧੇ ਇਹ ਬਿਮਾਰੀ ਇਹਨਾਂ ਦਾ ਕੋਈ ਇੰਸ਼ੋਰੈਂਸ ਵਗੈਰਾ ਵੀ ਹੁੰਦੀ ਨਹੀਂ ਨਹੀਂ ਨਾ ਦੇਖਿਆ ਆਪਾਂ ਡੰਗਰਾਂ ਦੀ ਇੰਸ਼ੋਰੈਂਸ ਵੀ ਹੁੰਦੀ ਨਹੀਂ ਨਹੀਂ ਇਹਨਾਂ ਦੀ ਕੋਈ ਨਹੀਂ ਫਿਰ ਇਹ ਨੁਕਸਾਨ ਕਿਵੇਂ ਚੱਲਿਆ ਜਾਊਗਾ ਜੀ ਬਸ ਇਹ ਤਾਂ ਹੁਣ ਰੱਬ ਦੇ ਭਾਣੇ 'ਚ ਮੰਨਣਾ ਪੈਣਾ ਅੱਜ ਭੋਗ ਪਾਇਆ ਗਿਆ ਬੜੇ ਦੁਖੀ ਹਿਰਦੇ ਨਾਲ ਭੋਗ ਪਾ ਰਹੇ ਹੋ ਬੱਚਿਆਂ ਵਾਂਗੂ ਪਾਲਿਆ ਇਹਨਾਂ ਨੂੰ ਹਾਂਜੀ ਕੀ ਕਹੋਗੇ ਦੁਬਾਰੇ ਬਸ ਜੀ ਸਭ ਕੁਛ ਚਲੇ ਗਿਆ ਜੀ ਸਾਡਾ ਤਾਂ ਕੀਲੀ ਖਾਲੀ ਹੋ ਗਈ ਸਾਡੇ ਕੋਲ ਚਾਰੇ ਸੀਗੇ ਇਹ ਚਾਰੇ ਪੂਰੇ ਹੋ ਗਏ ਸਾਡੇ ਤਾਂ ਕੀ ਨਾਮ ਵੀਰੇ ਸਤਨਾਮ ਆ ਵੀਰੇ ਨੂੰ ਸਤਨਾਮ ਵੀਰੇ ਪਿੰਡ ਕਿਹੜਾ ਪਿੰਡ ਹੇੜੀਆਂ ਵੀਰੇ ਇਹ ਅੱਜ ਬਹੁਤਾਂ ਦੇ ਭੋਗ ਪਾਏ ਪਏ ਨੇ ਹਾਂਜੀ ਚਾਰ ਬਹੁਤਾਂ ਦੇ ਪਾਏ ਹਾਂਜੀ ਕੀ ਕਹਿਣਾ ਇਹਦੇ ਬਾਰੇ ਜਿਹੜੇ ਤੁਹਾਡੇ ਬਹੁਤ ਸੀਗੇ ਹਾਂਜੀ ਇਹ ਕਿਸ ਤਰ੍ਹਾਂ ਦੇ ਬਹੁਤ ਸੀਗੇ ਬਲਦ ਬਹੁਤ ਕੀਮਤ ਵਾਲੇ ਬਲਦ ਸੀਗੇ ਜੀ ਘੱਟੋ ਘੱਟ 4-55 ਲੱਖ ਦੇ ਸੀਗੇ ਜੀ ਹਾਂਜੀ ਤੇ ਇਹ ਖੇਲਦੇ ਵੀ ਸੀਗੇ ਤੁਸੀਂ ਲੈ ਕੇ ਆਉਂਦੇ ਸੀ ਰੇਸਾਂ ਹਾਂਜੀ ਖੇਲਦੇ ਲੈ ਕੇ ਆਉਂਦੇ ਪੂਰੇ ਨਾਮੇ ਬਹੁਤ ਸੀਗੇ ਅਰਜਨ ਸੀਗਾ ਜੀ ਕਾਲਾ ਨਾਗ ਸੀਗਾ ਚਿਤਲਾ ਅਤੇ ਨਵਾਬ ਚਾਰੇ ਬਹੁਤ ਪੂਰੇ ਨਾਮੀ ਬਹੁਤ ਸੀਗੇ ਜੀ ਆਪਣੇ ਇਹ ਪੰਜਾਬ 'ਚ ਕਿੱਥੇ ਕਿੱਥੇ ਲੈ ਕੇ ਜਾਂ ਪੰਜਾਬ ਤੋਂ ਬਾਹਰ ਵੀ ਲੈ ਕੇ ਉਹਨਾਂ ਨੂੰ ਪੰਜਾਬ 'ਚ ਜਿੱਥੇ ਵੀ ਖੇਡਾਂ ਹੁੰਦੀਆਂ ਸੀ ਸਾਰੇ ਕਿਤੇ ਲੈ ਕੇ ਜਾਂਦੇ ਸੀਗੇ ਜੀ ਪੰਜਾਬ ਤੋਂ ਬਾਹਰ ਵੀ ਜਾਂਦੇ ਸੀ ਹਾਂ ਬਾਹਰ ਵੀ ਜਾਂਦੇ ਆ ਜੀ ਅਤੇ ਇਹਨਾਂ ਦੀ ਡੈਥ ਹੋਈ ਆ ਉਹ ਕਿਸ ਕਾਰਨ ਵਿੱਚ ਹੋਈ ਹੈ ਕੀ ਹੋਇਆ ਇਹਨਾਂ ਨੂੰ ਕਿਹੜੀ ਬਿਮਾਰੀ ਲੱਗੀ ਹੈ ਜਿਹੜੀ ਉਹ ਬਿਮਾਰੀ ਚੱਲਦੀ ਆ ਨਾ ਜੀ ਹੁਣ ਉਹਦੇ ਨਾਲ ਹੋ ਗਈ ਜੀ ਡੈਥ ਉਹਨਾਂ ਦੀ ਕਿੰਨੇ ਕੁ ਟਾਈਮ 'ਚ ਪੂਰੇ ਹੋ ਗਏ ਜਦੋਂ ਇਹਨਾਂ ਨੂੰ ਪਤਾ ਲੱਗੇ ਵੀ ਬਿਮਾਰੀ ਲੱਗ ਗਈ ਆ ਤਾਂ ਕਿੰਨਾ ਟਾਈਮ ਲੱਗਿਆ ਇਹਨਾਂ ਨੂੰ ਆਹੀ ਜੀ ਮੰਨ ਲਓ 10 ਕੁ ਦਿਨਾਂ ਵਿੱਚ ਉਹ ਪੂਰੇ ਹੋ ਗਏ ਜੀ ਫਿਰ ਤੁਸੀਂ ਡਾਕਟਰਾਂ ਨੂੰ ਦਿਖਾਇਆ ਕੁਛ ਦਵਾਈ ਸਾਰੇ ਡਾਕਟਰਾਂ ਨੂੰ ਦਿਖਾ ਲਿਆ ਜਿੰਨੇ ਵੀ ਟੋਟਲੀ ਡਾਕਟਰ ਸੀਗੇ ਸਾਰਿਆਂ ਤੋਂ ਇਲਾਜ ਕਰਾ ਲਿਆ ਜੀ ਅਸੀਂ ਦੇਖ ਵੀ ਰਹੇ ਹਾਂ ਵੀ ਇਨਾਮ ਨੇ ਜਿਹੜੇ ਸਾਰੇ ਇਨਾਮ ਇਹਨਾਂ ਨੇ ਜਿੱਤੇ ਹੋਏ ਨੇ ਜਿੰਨੇ ਆ ਟਰੋਫੀਆਂ ਨੇ ਜੀ ਅਤੇ 4 ਮੋਟਰਸਾਈਕਲ ਨੇ ਆਪਣੇ ਕੋਲ ਉਹ ਵੀ ਇਹਨਾਂ ਨੇ ਜਿੱਤੇ ਹੋਏ ਸੀਗੇ ਜੀ ਹਾਂਜੀ ਇਹ ਜਿਹੜਾ ਘਾਟਾ ਪਿਆ ਹੁਣ ਇਹ ਘਾਟਾ ਫਿਰ ਕਿਵੇਂ ਪੂਰਾ ਹੋਊਗਾ ਕੀ ਲੱਗਦਾ ਤਕਲੀਫ ਤਾਂ ਬਹੁਤ ਆ ਦਰਦ ਵੀ ਆ ਹਾਂਜੀ ਇਹ ਤਾਂ ਜਿਵੇਂ ਘੱਟ ਵੀ ਬਹੁਤ ਆ ਰਹੇ ਬਹੁਤ ਘੱਟ ਆ ਜੀ ਅੱਜ ਜੀ ਅਤੇ ਫਿਰ ਇਹ ਕਿਸ ਤਰ੍ਹਾਂ ਕੀ ਕਹਿਣਾ ਚਾਹੁੰਦੇ ਹੋ ਮਨ 'ਚ ਦੁੱਖ ਵੀ ਆ ਕੀ ਕਹਿਣਾ ਚਾਹੁੰਦੇ ਹੋ ਬਸ ਹੁਣ ਕੀ ਕਹਿ ਸਕਦੇ ਹਾਂ ਜੀ ਦੇਖ ਰਹੇ ਤੁਹਾਡੇ ਅੱਖਾਂ 'ਚ ਹਿੰਜੂ ਵੀ ਨੇ ਅਤੇ ਦਿਲ ਵੀ ਭਰਿਆ ਹੋਇਆ ਵਾ ਹਾਂਜੀ ਅਤੇ ਕੀ ਕਹਿ ਸਕਦੇ ਹੋ ਹੁਣ ਸਰਕਾਰ ਕੋਈ ਹੈ ਕੋਈ ਗੁਰਜਾਇਸ਼ ਕਰਨ ਨੂੰ ਸਰਕਾਰ ਨੇ ਤਾਂ ਕੀ ਕਰਨਾ ਕਿਉਂਕਿ ਇਹਨਾਂ ਤੋਂ ਸੁਣਿਆ ਵੀ ਤੁਸੀਂ ਕੋਈ ਇੰਸ਼ੋਰੈਂਸ ਵਗੈਰਾ ਵੀ ਨਹੀਂ ਹੁੰਦੀ ਨਾ ਕੁਛ ਨਹੀਂ ਹੁੰਦਾ ਹੈਗਾ ਨਾ ਜੀ ਅਤੇ ਕੀ ਦੁੱਖ ਵੀ ਮਨ ਨੂੰ ਆ ਤੁਹਾਡਾ ਦਿਖ ਰਿਹਾ ਵਾ ਕੀ ਕਹਿਣਾ ਚਾਹੁੰਦੇ ਹੋ ਛੇ ਮਨ 'ਚ ਜੋ ਗੱਲ ਆ ਕਹਿ ਸਕਦੇ ਜੀ ਕੁਛ ਨਹੀਂ ਕਹਿ ਸਕਦੇ ਜੀ ਹੁਣ ਤਾਂ ਅਤੇ ਫਿਰ ਇਹਨਾਂ ਨੂੰ ਕੀ ਦਫਨਾਇਆ ਗਿਆ ਕੀ ਕੀਤਾ ਜੀ ਹਾਂ ਜੀ ਇਹਨਾਂ ਨੂੰ ਦੱਬਿਆ ਗਿਆ ਇੱਥੇ ਸਾਹਮਣੇ ਜੀ ਆਪਣੇ ਅਤੇ ਅੱਜ ਭੋਗ ਪਾਇਆ ਗਿਆ ਹਾਂ ਅੱਜ ਭੋਗ ਪਾਇਆ ਪਿਆ ਜੀ ਕਾਫੀ ਦੂਰੋਂ ਲੋਕ ਵੀ ਆਏ ਨੇ ਹਾਂ ਸਾਰੇ ਬਹੁਤ ਲੋਕ ਆਏ ਨੇ ਜੀ ਇਹਨਾਂ ਤੋਂ ਇਲਾਵਾ ਤੁਹਾਡੇ ਕੋਲ ਹੋਰ ਵੀ ਬਹੁਤ ਹੈਗੇ ਨੇ ਹਾਂ ਦੋ ਇੱਕ ਬੱਚੇ ਇੱਕ ਬਹੁਤ ਹੋਰ ਹੈਗੇ ਨੇ ਜੀ ਦੋ